ਹੈਲੋ ਦੋਸਤੋ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੇਰੇ ਚੈਨਲ ਤੇ ਜੀਐਸ ਸਟੱਡੀਜ਼ ਐਂਡ ਸਟੂਡੈਂਟ ਹੈਲਪ ਤੇ ਜਿਵੇਂ ਤੁਹਾਨੂੰ ਪਤਾ ਹਰ ਇੱਕ ਕਾਲਜ ਯੂਨੀਵਰਸਿਟੀ ਦੀ ਜਿਹੜੀ ਐਗਜ਼ਾਮ ਅਪਡੇਟ ਆਉਂਦੀ ਹੈ ਜਾਂ ਮੌਲ ਟੈਸਟ ਪੇਪਰ ਇੰਪੋਰਟੈਂਟ ਪ੍ਰਸ਼ਨ ਪੀਟੈਟ ਈਟੈਟ ਈਟੀਟੀ ਮਾਸਟਰ ਕੈਡਰ ਸਾਰੀ ਦੀ ਤਿਆਰੀ ਇਸ ਚੈਨਲ ਤੇ ਕਰਵਾਈ ਜਾਂਦੀ ਹੈ ਚੈਨ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਚੈਨਲ ਤੇ ਪਹਿਲੀ ਬਾਰ ਆਏ ਹੋ ਠੀਕ ਹੈ ਅੱਜ ਬਹੁਤ ਹੀ ਵੱਡੀ ਨਿਊਜ਼ ਆਈ ਹੈ ਤੈਨ ਦੇ ਸ਼ੁਰੂ ਹੁੰਦੇ ਸਾਰੇ ਤੁਹਾਨੂੰ ਪਾਸ ਨਹੀਂ ਕੀਤਾ ਜਾਣਾ ਆਨਲਾਈਨ ਪੇਪਰ ਹੋਣਗੇ ਪ੍ਰਮੋਟ ਨਹੀਂ ਕੀਤਾ ਜਾਣਾ ਪੇਪਰ ਕਿੰਨੇ ਨੰਬਰ ਦਾ ਸਾਰੀ ਵੀਡੀਓ ਚ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਸਾਰੀ ਹੀ ਇਨਫੋਰਮੇਸ਼ਨ ਤੁਹਾਨੂੰ ਜਿਹੜੀ ਆਪਾਂ ਪੜ੍ਹ ਕੇ ਸੁਣਾਵਾਂਗੇ ਤੁਸੀਂ ਵੀ ਆਪ ਪੜ੍ਹ ਸਕਦੇ ਹੋ ਤੇ ਠੀਕ ਹੈ ਕਮੈਂਟ ਕਰਕੇ ਜਰੂਰ ਦੱਸਿਓ ਕਿ ਸਹੀ ਹੈ ਕਿ ਨਹੀਂ ਤੁਹਾਡੇ ਆਨਲਾਈਨ ਪੇਪਰ ਲੈਣੇ ਚਾਹੀਦੇ ਆ ਕਿ ਨਹੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਨਾਲ ਹੀ ਬਲੈਕਟ ਵਿੱਚ ਆਪਣੀ ਕਲਾਸ ਤੇ ਆਪਣੇ ਕਾਲਜ ਦਾ ਨਾਮ ਲੱਗ ਕੇ ਮੈਨੂੰ ਕਮੈਂਟ ਬਾਕਸ ਦੱਸਿਓ ਮੈਨੂੰ ਪਤਾ ਲੱਗ ਸਕੇ ਤੁਸੀਂ ਕਿਹੜੇ ਕਾਲਜ ਤੋਂ ਬਿਲੋਂਗ ਕਰਦੇ ਹੋ ਤੁਸੀਂ ਕਿਹੜੇ ਕਾਲਜ ਵਿੱਚ ਪੜ੍ਹਦੇ ਹੋ ਠੀਕ ਹੈ ਵੀਡੀਓ ਨੂੰ ਸ਼ੁਰੂ ਕਰਦੇ ਆ ਇਸ ਵਿੱਚ ਤੁਹਾਡੇ ਲਈ ਬਹੁਤ ਹੀ ਵੱਡੀ ਜਾਣਕਾਰੀ ਹੈ ਤੁਸੀਂ ਚਾਹੇ ਕਿਸੇ ਵੀ ਯੂਨੀਵਰਸਿਟੀ ਦੇ ਵਿਦਿਆਰਥੀ ਹੋ ਪੰਜਾਬ ਵਿੱਚ ਤਿੰਨ ਯੂਨੀਵਰਸਿਟੀਆਂ ਹੈਗੀਆਂ ਨੇ ਬਹੁਤ ਵੱਡੀਆਂ ਠੀਕ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਐਂਡ ਪੀਯੂਸੀਐਚਡੀ ਠੀਕ ਹੈ ਤੁਹਾਨੂੰ ਜਾਣਕਾਰੀ ਦਿੰਨੇ ਆ ਕੀ ਹੈ ਦੇਖੋ ਦੇਖੋ ਵਿਦਿਆਰਥੀਆਂ ਨੂੰ ਦੇਣਾ ਹੋਗਾ ਆਨਲਾਈਨ ਅਸੈਸਮੈਂਟ ਟੈਸਟ ਬਿਨਾ ਟੈਸਟ ਕੇ ਪਾਸ ਨਹੀਂ ਕੀਤਾ ਜਾਏਗਾ 50 ਨੰਬਰ ਕੀ ਹੋਗੀ ਪ੍ਰੀਖਿਆ ਪਿਛਲੇ ਸਮੈਸਟਰ ਦੀ ਪਰਫਾਰਮੈਂਸ ਵੀ ਜੁੜੇਗੀ ਦੇਖੋ ਪਹਿਲਾ ਉੱਪਰ ਹੀ ਹੈਡਲਾਈਨ ਦੇ ਵਿੱਚ ਕਲੀਅਰ ਹੋ ਗਿਆ ਕਿ ਤੁਹਾਡਾ ਆਨਲਾਈਨ ਅਸੈਸਮੈਂਟ ਟੈਸਟ ਲਿਆ ਜਾਊਗਾ ਅਸਾਈਨਮੈਂਟ ਟੈਸਟ ਠੀਕ ਹੈ 50 ਨੰਬਰ ਦੀ ਜਿਹੜੀ ਤੁਹਾਡੀ ਪ੍ਰੀਖਿਆ ਆਊਗੀ 50 ਨੰਬਰ ਤੁਹਾਡਾ ਪੇਪਰ ਹੋਵੇਗਾ ਜਿਹੜਾ ਪਿਛਲਾ ਸੈਮੈਸਟਰ ਸੀ ਉਹਦੇ ਵੀ ਪਰਫਾਰਮੈਂਸ ਦੀ ਉਹਦੇ ਪਲੱਸ ਕਰਕੇ 50 ਨੰਬਰ ਇਹ ਜੋੜ ਕੇ ਤੁਹਾਡਾ ਪੇਪਰ ਦੇ ਵਿੱਚ ਜਿਹੜੇ ਤੁਹਾਨੂੰ ਮਾਰਕਸ ਦਿੱਤੇ ਜਾਣਗੇ ਠੀਕ ਹੈ ਤੁਹਾਨੂੰ ਪਾਸ ਕੀਤਾ ਜਾਵੇਗਾ ਠੀਕ ਹੈ ਇਹ ਸਾਰਾ ਹੀ ਮੈਟਰ ਕਰੇਗਾ ਤੁਹਾਡਾ ਜਿਹੜਾ ਤੁਸੀਂ ਆਨਲਾਈਨ ਟੈਸਟ ਦੇਵੋਗੇ ਇਹ ਵੀ ਤੇ ਪਿਛਲੀ ਪਰਫਾਰਮੈਂਸ ਦਾ ਉਹ ਵੀ ਠੀਕ ਹੈ ਤਾਂ ਹੀ ਤੁਹਾਡੇ ਨੰਬਰ ਜਿਹੜੇ ਲੱਗ ਸਕਣਗੇ ਹੁਣ ਆਪਾਂ ਪੂਰੀ ਜਿਹੜੀ ਇਨਫੋਰਮੇਸ਼ਨ ਤੁਹਾਨੂੰ ਪੜ੍ਹ ਕੇ ਸੁਣਾਉਣੀ ਹੈ राज्य सरकार ने भले ही यूजी और पीजी कक्षाओं को अंतिम वर्षीय छात्रों को बिना परीक्षा दिए अगली कक्षा में प्रमोट करने का निर्णय लिया हुआ है लेकिन सभी छात्रों को अभी इसके लिए ऑनलाइन असाइनमेंट टेस्ट से गुजरना होगा सभी छात्र के लिए ये ऑनलाइन टेस्ट बहुत ही ज़रूरी है इसके बिना उनको प्रमोट नहीं किया जाएगा छात्रों के लिए तैयार किए जाने वाले ऑनलाइन असेसमेंट टेस्ट हर विषय में पचास नंबर का होगा ਠੀਕ ਹੈ ਪ੍ਰਮੋਸ਼ਨ ਤਬ ਹੀ ਮਿਲੇਗਾ ਜਦ ਛਾਤਰ ਛਾਤਰਾਇ ਇਸ ਵਿਸ਼ੇ ਮੇ 50 ਅੰਕ ਕਾ ਜੇ ਆਨਲਾਈਨ ਅਸਾਈਨਮੈਂਟ ਟੈਸਟ ਪਾਸ ਕਰ ਸਕੇ ਗੇ ਠੀਕ ਹੈ ਪਹਿਲਾ ਹੀ ਵੱਡੀ ਅਪਡੇਟ ਆ ਚੁੱਕੀ ਹੈ ਕਿ ਸਾਨੂੰ ਜਿਹੜਾ ਪਾਸ ਕੀਤਾ ਜਾਣਾ ਸੀ ਪਰ ਹੁਣ ਆ ਜਿਹੜੀ ਬਹੁਤ ਹੀ ਵੱਡੀ ਅਸਾਈਨਮੈਂਟ ਜਿਹੜੀ ਟੈਸਟ ਤੁਹਾਡਾ ਲਿਆ ਜਾਣਾ ਵਾ ਠੀਕ ਹੈ 50 ਨੰਬਰ ਦਾ ਤੁਹਾਡਾ ਹੋਊਗਾ ਪਿਛਲੇ ਸਮੈਸਟਰ ਦੇ ਨੰਬਰ ਵੀ ਤੁਹਾਡੇ ਜੋੜੇ ਜਾਣਗੇ ਉਹਦੇ ਆਧਾਰ ਤੇ ਤੁਹਾਨੂੰ ਅਗਲੀ ਕਲਾਸ ਵਿੱਚ ਜਿਹੜਾ ਪ੍ਰੋਮੋਟ ਕੀਤਾ ਜਾਊਗਾ ਜਾਂ ਫਾਈਨਲ ਸਮੈਸਟਰ ਨੂੰ ਜਿਹੜਾ ਡਿਗਰੀ ਦਿੱਤੀ ਜਾਊਗੀ ਠੀਕ ਹੈ ਬਾਕੀ ਖਬਰ ਤੁਸੀਂ ਸਾਰੀ ਪੜ ਸਕਦੇ ਹੋ ਮੇਰੇ ਹਿਸਾਬ ਨਾਲ ਜਿਹੜਾ ਇਹ ਤੁਹਾਡਾ ਆਨਲਾਈਨ ਟੈਸਟ ਹੋ ਰਿਹਾ ਵਾ ਇਹਦੇ ਬਾਰੇ ਜਦੋਂ ਕਿ ਆਫੀਸ਼ਲ ਨੋਟੀਫਿਕੇਸ਼ਨ ਆਉਂਦਾ ਤੁਹਾਨੂੰ ਦੱਸਾਂਗੇ ਇਹ ਇੱਕ ਅਖਬਾਰ ਦੇ ਵਿੱਚ ਆਇਆ ਠੀਕ ਹੈ ਵਿਦਿਆਰਥੀਆਂ ਨੂੰ ਦੇਣਾ ਹੋਗਾ ਆਨਲਾਈਨ ਟੈਸਟ ਪਹਿਲਾਂ ਵੀ ਇਹ ਚੱਲ ਰਿਹਾ ਸੀ ਸੀਗਾ ਡਿਸੀਜਨ ਕਿ ਆਨਲਾਈਨ ਟੈਸਟ ਕੀਤਾ ਜਾਊਗਾ ਸਾਰਾ ਕੁਝ ਤਿਆਰੀ ਕੀਤੀ ਪਈ ਹੈ UGC ਨੇ ਵੀ ਕਿ ਤੋਂ ਆਨਲਾਈਨ ਟੈਸਟ ਹੋਊਗਾ ਹੁਣ ਇਹ ਖਬਰ ਜਿਹੜੀ ਆ ਚੁੱਕੀ ਹੈ ਪਹਿਲੇ ਸੂਤਰਾਂ ਤੋਂ ਠੀਕ ਹੈ ਕੋਈ ਅਫੀਸ਼ੀਅਲ ਨੋਟੀਫਿਕੇਸ਼ਨ ਹੋਵੇ ਤੁਹਾਨੂੰ ਜਰੂਰ ਦੱਸਾਂਗੇ ਜਦ ਤੱਕ ਇਹ ਵੀਡੀਓ ਨੂੰ ਤੁਸੀਂ ਲਾਈਕ ਕਰਕੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜਰੂਰ ਕਰੋ ਤਾਂ ਜੋ ਉਹਨਾਂ ਤੱਕ ਵੀ ਇਹ ਆਨਲਾਈਨ ਟੈਸਟ ਦੀ ਜਾਣਕਾਰੀ ਜਿਹੜੀ ਪ੍ਰਾਪਤ ਹੋ ਸਕੇ ਉਹਨਾਂ ਨੂੰ ਵੀ ਧੰਨਵਾਦ ਤੁਹਾਡਾ ਬਹੁਤ ਬਹੁਤ